जिन्हें मास्टर सीगे मैनू पूरा यार आ सारे कोले डंगर रखे होंदे सी चाहे वह पंडतां दे आ चाहे वह नाइयां दे आ चाहे वह चिंबियां दे आ चाहे वह चट्टां दे आ उहनां सारा पंजाब लुधियाणे दा दुध नहीं पूरा कर सकदी जिहड़ा असली दुध दा रेट आ मेरे हिसाब नाल पेट्रोल दा ते दुध दा रेट इक होणा चाहीदा। ਵੀਰੇ ਹੁਣੀ ਖੇਤੀ ਤਾਂ ਚਲੋ ਕਰਦੇ ਹੀ ਕਰਦੇ ਆ ਹਨਾ ਮਿਹਨਤ ਨਾਲ ਸ਼ਿੱਦਤ ਦੇ ਨਾਲ ਖੇਤੀ ਦੇ ਨਾਲ ਨਾਲ ਹੋਰ ਕੰਮ ਵੀ ਕਰਦੇ ਆ ਵੀਰੇ ਹੁਣੀ ਅਤੇ ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਹਨਾ ਚਾਨਣਾ ਪਵਾਉਣਾ ਵੀਰੇ ਉਹਨਾਂ ਤੋਂ ਆਪਣੇ ਜਿਹੜੇ ਵੀ ਕਿਸਾਨ ਖੇਤੀ ਕਰਦੇ ਆ ਨਾ ਉਹਨਾਂ ਨੂੰ ਛੋਟੇ ਕਿਸਾਨਾਂ ਨੂੰ ਤਾਂ ਤਕਰੀਬਨ ਖਾਸ ਕਰਕੇ ਨਾਲ ਕੋਈ ਆਪਦਾ ਇੱਕ ਅੱਧਾ ਧੰਦਾ ਹੋਰ ਕਰਨਾ ਚਾਹੀਦਾ ਕਿ ਜਿਵੇਂ ਮੰਨ ਲਓ ਡੇਅਰੀ ਫਾਰਮ ਦਾ ਹੋ ਗਿਆ ਮੱਛੀ ਪਾਲਣ ਹੋ ਗਿਆ ਮੁਰਗੀ ਫਾਰਮ ਹੋ ਗਿਆ ਅਤੇ ਮੰਨ ਲਓ ਖੁੰਬਾਂ ਦਾ ਪ੍ਰੋਜੈਕਟ ਲਾ ਲਓ ਯਾਨੀ ਛੋਟਾ ਕੋਈ ਨਾ ਕੋਈ ਆਪਾਂ ਪ੍ਰੋਜੈਕਟ ਆ ਜਿਹੜਾ ਉਹ ਲਾਉਣਾ ਚਾਹੀਦਾ ਬੰਦੇ ਨੂੰ ਯਾਨੀ ਛੋਟੇ ਕਿਸਾਨ ਚਾਹੇ ਛੋਟੇ ਕਿਸਾਨ ਹੀ ਹਾਂ ਛੋਟੇ ਕਿਸਾਨ ਹੀ ਕਹਿ ਸਕਦੇ ਹਾਂ ਛੋਟਾ ਕਿਸਾਨ ਆ ਕੋਈ ਵੀ ਆ ਆਪਾਂ ਕਹਿ ਦਿੰਦੇ ਹਾਂ ਹੈ ਨਾ ਅਤੇ ਪਰ ਗੱਲ ਇਹ ਆ ਅਗਲੇ ਦੇ ਮਨ ਦੇ ਵਿੱਚ ਵੀ ਇੱਕ ਹਾੜੀ ਸੋਣੀ ਵਾਲਾ ਸਿਸਟਮ ਹੀ ਹੈ ਨਾ ਚੱਲਿਆ ਹੋਇਆ ਹੁੰਦਾ ਵਾ ਵੀ ਹਾਂ ਕਣਕ ਬੀਜ ਲਈ ਅਤੇ ਝੋਨਾ ਬੀਜ ਲਿਆ ਦੋ ਫਸਲਾਂ ਹੀ ਕੱਢਦਾ ਵਾ ਉਦੋਂ ਬਾਅਦ ਦੇ ਵਿੱਚ ਹੁਣ ਚਲੋ ਜਦੋਂ ਬੀਜਣਾ ਹੁੰਦਾ ਅਤੇ ਵੱਢਣਾ ਹੁੰਦਾ ਜ਼ਿਆਦਾਤਰ ਉਦੋਂ ਹੀ ਕੰਮ ਹੁੰਦਾ ਹੈ ਨਾ ਵੀਰੇ ਉਦੋਂ ਬਾਅਦ ਦੇ ਵਿੱਚ 4 ਮਹੀਨੇ ਤਾਂ ਲਗਭਗ ਵਿਹਲਿਆਂ ਵਾਂਗੂ ਹੀ ਹੁੰਦੇ ਆ ਆਪਣੇ ਸੀਜ਼ਨ ਆਉਂਦੇ ਆ ਹਾੜੀ ਦਾ ਸੀਜ਼ਨ ਆਉਂਦਾ ਵਾ ਆਲੂ ਦਾ ਸੀਜ਼ਨ ਆਉਂਦਾ ਝੋਨੇ ਦਾ ਸੀਜ਼ਨ ਆਉਂਦਾ ਅਤੇ ਆਪਾਂ ਮਹੀਨਾ ਮਹੀਨਾ ਡੇਢ ਡੇਢ ਮਹੀਨਾ ਬੀਜੀ ਰਹਿੰਦੇ ਹਾਂ ਅਤੇ ਬਾਕੀ ਸਮਾਂ ਆਪਣੇ ਕੋਲ ਫਿਰ ਬੋੜਾ 'ਤੇ ਬਹਿਣ ਨੂੰ ਜਾਂ ਉੱਦਾਂ ਆਪਾਂ ਵਿੱਚੋਂ ਟਾਈਮ ਬਹੁਤ ਹੁੰਦਾ ਵਾ ਜਾਣੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਮੋੜਾਂ 'ਤੇ ਨਾ ਬਹਿ ਕੇ ਹੈ ਨਾ ਵੀ ਕੋਈ ਨਾ ਕੋਈ ਕੰਮ ਕੀਤਾ ਜਾਵੇ ਜਿਹਦੇ ਵਿੱਚੋਂ 4 ਪੈਸੇ ਹੈ ਨਾ ਬਚਾਏ ਜਾਣ ਕੋਈ ਚਲਾਈ ਕੀਤੀ ਜਾਵੇ ਸਭ ਤੋਂ ਵਧੀਆ ਧੰਦਾ ਤਾਂ ਕਿਸਾਨ ਨੇ ਖੇਤੀ ਕਰਦਾ ਜਦੋਂ ਉਹਨੂੰ ਪਸ਼ੂਆਂ ਦਾ ਧੰਦਾ ਸਭ ਤੋਂ ਡੇਅਰੀ ਫਾਰਮ ਦਾ ਚਾਹੇ ਮੈਂ ਨਹੀਂ ਕਹਿੰਦਾ ਵੀ ਕੋਈ ਡੇਅਰੀ ਫਾਰਮ 100 ਗਾਂ ਦਾ ਪਾਵੇ 50 ਦਾ ਪਾਵੇ 10 ਦਾ ਪਾਵੇ ਹੈ ਨਾ ਮੈਂ ਗਾਈਆਂ ਦਾ ਚਲੋ ਮੈਡੀਕਲ ਵੀ ਬਹੁਤ ਜ਼ਿਆਦਾ ਲੱਗ ਰਿਹਾ ਵਾ ਠੀਕ ਮੈਂ ਗਾਈਆਂ ਤੋਂ ਹਟ ਕੇ ਮੈਂ ਗਾਈਆਂ ਵੀ ਰੱਖੀਆਂ ਹੋਈਆਂ ਤੇ ਮੱਝਾਂ ਵੀ ਰੱਖੀਆਂ ਹੋਈਆਂ ਠੀਕ ਦੋਨੇ ਚੀਜ਼ਾਂ ਰੱਖੀਆਂ ਹੋਈਆਂ ਬਰਾਬਰ ਬਰਾਬਰ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਨਾ ਵੀ 60 ਤੋਂ 70 ਗਾਵਾਂ ਤੇ ਮੱਝਾਂ ਰੱਖੀਆਂ ਹੋਈਆਂ ਤੇ ਵੀਰੇ ਨੇ ਉਹਦੇ ਵਿੱਚ ਨਸਲਾਂ ਵੀ ਦੱਸੀਆਂ ਸੀਗੀਆਂ ਵੀ ਕਿਹੜੀ ਕਿਹੜੀ ਨਸਲ ਦੀਆਂ ਰੱਖੀਆਂ ਹੋਈਆਂ ਨੇ ਤੇ ਕਿਸੇ ਨੇ ਲੈਣੀਆਂ ਵੇਚਣੀਆਂ ਹੁਣ ਤਾਂ ਵੀ ਕਨੈਕਟ ਕਰ ਸਕਦਾ ਤੇ ਆਲੂਆਂ ਦਾ ਬੀਜ ਲੈਣਾ ਹੋਵੇ ਤਾਂ ਵੀ ਵੀਰੇ ਉਹਨਾਂ ਨਾਲ ਕਨੈਕਟ ਕਰ ਸਕਦਾ ਹੈ ਉਹਦੇ 'ਚ ਮੈਂ ਉਹ ਕਹਿੰਦਾ ਜਿਵੇਂ ਮੰਨ ਲਾ ਆਪਾਂ 20 ਕਿੱਲੇ ਖੇਤੀ ਕਰਦਾ ਛੋਟਾ ਜ਼ਿਮੀਂਦਾਰ ਆ ਠੇਕੇ ਤੇ ਲੈਂਦਾ 5-4 ਕਿੱਲੇ ਉਹਦੇ ਆਪਦੇ ਆ ਉਹ 10 ਮੱਝਾਂ ਰੱਖ ਸਕਦਾ 5 ਰੱਖ ਸਕਦਾ ਹੈ ਨਾ ਉਹਦੇ 'ਚੋਂ ਮੋਹਰਾ ਨਸਲ ਦੀਆਂ ਵਧੀਆ ਮੱਝਾਂ ਰੱਖੇ ਨਾਲ ਕੱਟੀਆਂ ਤਿਆਰ ਹੋ ਜਾਂਦੀਆਂ ਵਾ ਤੀਜੇ ਢਾਈਆਂ ਸਾਲਾਂ ਦੀ ਮੱਝ ਕੱਟੀ 100 ਰੁਪਏ ਸੂ ਪੈਂਦੀ ਆ ਤਕਰੀਬਨ ਉਹ 1-1.25 ਲੱਖ ਦੀ ਹੋ ਜਾਂਦੀ ਆ ਅਤੇ ਦੁੱਧ ਪਈ ਜਾਂਦਾ ਬੰਦੇ ਦਾ ਉਹਦਾ ਘਰ ਦਾ ਖਰਚਾ ਚੱਲੀ ਜਾਂਦਾ ਨਾਲੇ ਬੰਦਾ ਵਿਹਲਾ ਨਹੀਂ ਰਹਿੰਦਾ ਹੋਰ ਪਾਸੇ ਧਿਆਨ ਨਹੀਂ ਜਾਂਦਾ ਕਿਸੇ ਮੋੜ 'ਤੇ ਨਹੀਂ ਬਹਿੰਦਾ ਹੈ ਨਾ ਕੋਈ ਨਸ਼ਿਆਂ 'ਚ ਨਹੀਂ ਧਿਆਨ ਦਿੰਦਾ ਗਾ ਉਹ ਬੰਦਾ ਕੰਮ ਲੱਗ ਜਾਂਦਾ ਵੀ ਮੈਂ ਪੱਠੇ ਲਿਆਉਣੇ ਆ ਮੱਝਾਂ ਖੜੀਆਂ ਵਾਂ ਮੇਰਾ ਧਾਰਾਂ ਦਾ ਟਾਈਮ ਹੋ ਗਿਆ ਉਹ ਕਿਤੇ ਗਿਆ ਵਾਪਸ ਆਉਂਦਾ ਘਰੇ ਵੀ ਮੇਰਾ ਧਾਰਾਂ ਦਾ ਟਾਈਮ ਹੋ ਗਿਆ ਇਹ ਪਹਿਲਾਂ ਬਜ਼ੁਰਗ ਜਾਂਦੇ ਸੀ ਜਦੋਂ ਵਾਪਸ ਮੁੜਦੇ ਜਿਹਨੇ ਧਾਰ ਚੋਣੀ ਆ ਉਹ ਘਰੋਂ ਵਿਆਹ ਵੀ ਨਹੀਂ ਜਾਂਦਾ ਸੀ ਜੇ ਆਪਣੇ ਰਿਸ਼ਤੇਦਾਰੀਆਂ 'ਚ ਪੁਰਾਣੇ ਜਮਾਨੇ ਦੇ ਪੁਰਾਣੇ ਸਮੇਂ 'ਚ ਵਿਆਹ ਹੁੰਦੇ ਸੀ ਜਿਹਨੇ ਧਾਰਾਂ ਚੋਣੀਆਂ ਉਹ ਵਿਆਹ ਨਹੀਂ ਜਾਂਦਾ ਹੁੰਦਾ ਸੀ ਉਹਨੂੰ ਘਰੇ ਛੱਡ ਕੇ ਜਾਂਦੇ ਨੇ ਵੀ ਨਾਲੇ ਉਹ ਧਾਰਾਂ ਚੋਲੂਗਾ ਨਾਲੇ ਉਹ ਆਪਣੇ ਡੰਗਰ ਸਾਂਭ ਲੂਗਾ ਹੁਣ ਤਾਂ ਸਮਾਂ ਦੀ ਸਾਡੇ ਘਰੇ ਵੀ ਇਹੀ ਮਾਹੌਲ ਆ ਬਈ ਹੁਣ ਤਾਂ ਮੱਝਾਂ ਵੇਚੀ ਜਾਂਦੇ ਆ ਬਈ ਯਾਰ ਬਾਹਨ ਹੋ ਜਾਂਦੀਆਂ ਮੱਝਾਂ ਦੀ ਸਵੇਰ ਸ਼ਾਮ ਦੀ ਮੈਂ ਤੁਹਾਨੂੰ ਗੱਲ ਦੱਸਦਾ ਮੇਰੀ ਉਮਰ ਮੰਨ ਲਓ 50 ਸਾਲ ਦੇ ਨੇੜ ਤੇੜ ਚਲੀ ਗਈ ਆ ਤੇ 14-15 ਸਾਲ ਦਾ ਮੈਂ ਕੰਮ ਤੇ ਸ਼ੁਰੂ ਹੋ ਗਿਆ ਜੀ ਪੱਠੇ ਵੱਢਣੇ ਉਦੋਂ ਮੈਨੂੰ ਪੂਰਾ ਯਾਦ ਆ ਇੱਕ ਗੱਲ ਦੀ ਵੀ ਸਬੱਤੀ ਦੇ ਵਿੱਚ ਜਿੰਨੇ ਸਰਕਾਰੀ ਟੀਚਰ ਸੀਗੇ ਬਹੁਤ ਜ਼ਿਆਦਾ ਕੁਛ ਬੋਲੋ ਨਾ ਟੀਚਰ ਬਹੁਤ ਜ਼ਿਆਦਾ ਸੀ ਸਬੱਤੀ ਦੇ ਵਿੱਚ ਉਦੋਂ ਮਾਸਟਰ ਬਹੁਤ ਜ਼ਿਆਦਾ ਸੀ ਠੀਕ ਆ ਜਿੰਨੇ ਮਾਸਟਰ ਸੀਗੇ ਮੈਨੂੰ ਪੂਰਾ ਯਾਦ ਆ ਸਾਰਿਆਂ ਕੋਲੇ ਡੰਗਰ ਰੱਖੇ ਹੁੰਦੇ ਸੀ ਚਾਹੇ ਉਹ ਪੰਡਤਾਂ ਦੇ ਆ ਚਾਹੇ ਉਹ ਨਾਈਆਂ ਦੇ ਆ ਚਾਹੇ ਉਹ ਛਿੰਬਿਆਂ ਦੇ ਆ ਚਾਹੇ ਉਹ ਜੱਟਾਂ ਦੇ ਆ ਉਹਨਾਂ ਨੇ ਪਹਿਲਾਂ ਪੜਾ ਕੇ ਆਉਣਾ ਫਿਰ ਉਹਨਾਂ ਨੇ ਦੁਪਹਿਰੇ ਉਹ ਬਾਅਦ ਆਪਦੇ ਵੱਡੇ ਵੱਡੇ ਕੈਰੀਅਲ ਚੌੜੇ ਉੱਥੇ ਜ਼ਿਮੀਂਦਾਰਾਂ ਤੋਂ ਆਪਦੇ ਪੱਠੇ ਬਜਾ ਲੈਂਦੇ ਸੀ ਖੇਤਾਂ 'ਚ ਉੱਥੋਂ ਲੈ ਕੇ ਆਉਣੇ ਹਰੇਕ ਬੰਦੇ ਕੋਲੇ ਜਿਹੜੀ 2 ਡੰਗਰ ਪੱਕੇ ਹੁੰਦੇ ਸੀਗੇ ਯਾਰ ਇਹ ਗੱਲ ਵੀਰੇ ਤੇਰੀ ਗੱਲ ਵਿੱਚ ਵਿਚਾਲੇ ਆ ਮੈਨੂੰ ਅੱਗੇ ਵੀ 1-2 ਬੰਦਿਆਂ ਨੇ ਹਨਾ ਆਪਾਂ ਇਹ ਏਰੀਆ ਦੇ ਵਿੱਚ ਮੈਂ ਫਿਰਦੇ ਹੀ ਰਹਿੰਦਾ ਵਾ ਮੈਨੂੰ ਅੱਗੇ ਵੀ 1-2 ਬੰਦਿਆਂ ਨੇ ਦੱਸਿਆ ਵਾ ਵੀ ਜਿੰਨੇ ਵੀ ਮਤਲਬ ਸਬੱਦੀ ਪਹਿਲਾਂ ਤੋਂ ਹੀ ਮਾਸਟਰਾਂ ਦੀ ਠੀਕ ਆ ਕਨਗੋ ਨੇ ਇੱਥੇ ਬਹੁਤ ਜ਼ਿਆਦਾ ਪਹਿਲਾਂ ਤੋਂ ਰਹੇ ਨੇ ਤੇ ਪਟਵਾਰੀ ਬਹੁਤ ਰਹੇ ਨੇ ਆਮ ਹੀ ਮਤਲਬ ਸਰਕਾਰੀ ਨੌਕਰੀਆਂ ਵਾਲਿਆਂ ਦੀ ਸਬੱਦੀ ਵੱਜਦੀ ਹੁੰਦੀ ਸੀਗੀ ਤੇ ਇਹ ਵੀ ਚੀਜ਼ ਮਤਲਬ ਕਈਆਂ ਨੇ ਮੈਨੂੰ ਦੱਸੀ ਆ ਵੀ ਨਾਲੇ ਸਰਕਾਰੀ ਨੌਕਰੀ ਕਰਦੇ ਸੀਗੇ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰੀਏ ਜਿੰਨੇ ਵੀ ਸਾਰੇ ਮਾਸਟਰ ਵਗੈਰਾ ਸੀਗੇ ਤੇ ਨਾਲ ਦੀ ਨਾਲ ਖੇਤੀ ਜ਼ਰੂਰ ਕਰਦੇ ਹੁੰਦੇ ਸੀਗੇ ਇਹ ਗੱਲ ਵੀਰ ਮੈਂ ਤੇਤੋਂ ਨਹੀਂ ਸੁਣੀ ਮੈਂ ਅੱਗੇ ਵੀ ਕਈਆਂ ਨੇ ਮੈਨੂੰ ਇਹ ਗੱਲ ਦੱਸੀ ਆ ਜ਼ਰੂਰ ਦੱਸੀ ਆ ਆਪਣੇ ਮਿਲਕ ਪਲਾਂਟ ਲੁਧਿਆਣੇ ਦੇ ਵਿੱਚੋਂ ਮੈਨੂੰ ਪੂਰਾ ਯਾਦ ਆ
ਵੀ ਜਾਂ ਪਿੰਡ ਲਤਾਲਾ ਜਾਂ ਪਿੰਡ ਸਬੱਦੀ ਪਹਿਲੇ ਨੰਬਰ ਤੇ ਆਉਂਦਾ ਹੁੰਦਾ ਸੀ ਜਾਂ ਸਬੱਦੀ ਆ ਗਿਆ ਕਿਤੇ ਲਤਾਲਾ ਆ ਗਿਆ ਇੰਨਾ ਜ਼ਿਆਦਾ ਦੁੱਧ ਮੈਂ ਦੇਖਿਆ ਆਪਣੇ ਮਿਲਕ ਪਲਾਂਟ ਦੇ ਵਿੱਚ ਦੋ ਦੋ ਸੌ ਤਿੰਨ ਤਿੰਨ ਸੌ ਬੰਦੇ ਦੀ ਡੇਅਰੀ ਚ ਪਾਉਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਸੀ ਹੁਣ ਕੀ ਆ ਹੁਣ ਲੈਣ ਵਾਲਿਆਂ ਦੀ ਲਾਈਨ ਲੱਗੀ ਹੋਈ ਆ ਹੁਣ ਜਮਾ ਹੀ ਉਲਟ ਹੋ ਗਿਆ ਕੰਮ ਨਹੀਂ ਇੱਕ ਯਾਰ ਹੈਰਾਨੀ ਵਾਲੀ ਗੱਲ ਇਹ ਵੀ ਹੋਈ ਪਈ ਆ ਇੰਨਾ ਦੁੱਧ ਆਉਂਦਾ ਕਿੱਥੋਂ ਆਪਣੇ ਕੋਲ ਕਿਹੜੂ ਮੱਝਾਂ ਗਾਵਾਂ ਤਾਂ ਲੋਕਾਂ ਨੇ ਇੰਨੀਆਂ ਰੱਖੀਆਂ ਨਹੀਂ ਹੋਈਆਂ ਦੁੱਧ ਡੇਅਰੀਆਂ ਵਾਲੇ ਇੰਨਾ ਕਿੱਥੋਂ ਦੁੱਧ ਲਿਆਈ ਜਾਂਦੇ ਆ ਪਾਣੀ ਪਾ ਲਈ ਜਾਂਦੇ ਆ ਨਹੀਂ ਨਹੀਂ ਸਾਰਾ ਦੁੱਧ ਆ ਜਿਹੜਾ ਜਾਲੀ ਬਣਦਾ ਵਾ ਅੱਛਾ ਅਸਲੀ ਦੁੱਧ ਨਹੀਂ ਅਸੀਂ ਸਾਰਾ ਨਹੀਂ ਕਹਿ ਸਕਦੇ ਕਿ ਵੀ 50% ਜਾਲੀ ਬਣਦਾ ਹੀ ਬਣਦਾ ਜਿਆਦਾ ਜਾਲੀ ਬਣਦਾ ਜਿਹੜੀ ਕੁਛ ਵੀ ਐ ਨਹੀਂਗਾ ਪੈਦਾ ਕੁਛ ਵੀ ਨਹੀਂ ਹੋ ਰਿਹਾ ਇਹ ਜਾਲੀ ਵਾਲਾ ਜ਼ਿਆਦਾ ਬਣ ਰਿਹਾ ਵਾ ਜਿਵੇਂ ਹੁਣ ਲੁਧਿਆਣਾ ਵਾ ਕੱਲਾ ਉਹ ਸਾਰਾ ਪੰਜਾਬ ਲੁਧਿਆਣੇ ਦਾ ਦੁੱਧ ਨਹੀਂ ਪੂਰਾ ਕਰ ਸਕਦਾ ਕਿਉਂ ਖੋਆ ਵੀ ਬਣਨਾ ਪਨੀਰ ਵੀ ਬਣਨਾ ਵਾ ਦੁੱਧ ਬੱਚਿਆਂ ਨੇ ਵੀ ਪੀਣਾ ਵਾ ਦੁੱਧ ਤੋਂ ਹੋਰ ਵੀ ਵਸਤੂਆਂ ਬਣਦੀਆਂ ਵਾ ਸਾਰਾ ਪੰਜਾਬ ਕੱਲੇ ਲੁਧਿਆਣੇ ਦਾ ਦੁੱਧ ਨਹੀਂ ਪੂਰਾ ਕਰ ਸਕਦਾ ਤੇ ਇਹਨਾਂ ਸਾਨੂੰ ਪਤਾ ਵਾ ਇੱਥੇ ਜਾਲੀ ਦੁੱਧ ਬਣਦਾ ਇੱਥੇ ਯੂਪੀ ਦੇ ਵਿੱਚੋਂ ਜਾਲੀ ਖੋਆ ਆਉਂਦਾ ਲੁਧਿਆਣੇ ਚ ਜਾਲੀ ਪਨੀਰ ਆਉਂਦਾ ਜੇ ਗੱਡੀਆਂ ਬੰਦ ਆਉਂਦੀਆਂ ਵਾ ਉਹਨਾਂ ਨੂੰ ਮਗਰ ਜਿੰਦੇ ਲੱਗੇ ਹੁੰਦੇ ਆ ਉਹ ਗਵਰਨਮੈਂਟਾਂ ਨੂੰ ਸਭ ਪਤਾ ਜੀ ਇਹਨਾਂ ਗੱਲਾਂ ਦਾ ਜਿਹੜਾ ਨਹੀਂ ਪਤਾ ਉਹ ਪੂਰਾ ਨਹੀਂ ਹੋ ਰਿਹਾ ਹੈਗਾ 50% ਆਪਾਂ ਕਹਿ ਦਈਏ ਵੀ ਅਸਲੀ ਦੁੱਧ ਆ ਤੇ 50% ਜਾਲੀ ਦੁੱਧ ਚੱਲਦਾ ਵਾ ਸ਼ਹਿਰਾਂ ਦੇ ਵਿੱਚ ਪਰ ਜੇ ਹੁਣ ਆਪਾਂ ਘਰਾਂ ਦੇ ਵਿੱਚ ਕਿਸੇ ਕੋਲੇ ਗੱਲ ਕਰ ਲਈਏ ਵੀ ਦੁੱਧ ਦਾ ਰੇਟ ਵਧਾਉਣਾ ਜੀ ਜਾਂ ਹੁਣ ਪਿੱਛੇ ਜੇ ਵੀ ਧਰਨਾ ਆਪਾਂ ਲਾਇਆ ਸੀ ਹਨਾ ਵੀ ਬੇਰਕਾ ਮਿਲਕ ਪਲਾਂਟ ਦੇ ਸਾਹਮਣੇ ਵੀ ਦੁੱਧ ਦਾ ਰੇਟ ਵਧਾਓ ਤੇ ਦੁੱਧ ਦਾ ਰੇਟ ਉਹਨਾਂ ਵਧਾ ਨਹੀਂ ਰਿਹਾ ਨਾ ਹੀ ਕੋਈ ਮਤਲਬ ਉਹ ਸਰਕਾਰ ਹੀ ਵਧਾ ਰਹੀ ਆ ਉਹਨਾਂ ਜ਼ਿਆਦਾ ਤੇ ਨਾ ਹੀ ਖਰੀਦਣ ਵਾਲਾ ਵਧਾ ਰਿਹਾ ਅਗਲਾ ਕਹਿੰਦਾ ਮੈਨੂੰ ਤਾਂ ਇੰਨਾ ਸਸਤਾ ਮਿਲਦਾ ਵਾ ਠੀਕ ਹੈ ਨਾ ਤੇ ਮੈਂ ਉਹਦੇ ਤੋਂ ਲੈ ਲੈਣਾ ਤੂੰ ਮੈਂ ਤੇਰਾ ਰੇਟ ਵਧਾਉਣਾ ਹੀ ਨਹੀਂ ਹੈਗਾਗਾ ਤੇ ਉਹਦੇ ਵਿੱਚ ਹੁਣ ਨਾਰਮਲ ਜਿਹੜਾ ਛੋਟੇ ਘਰਾਂ ਦਾ ਜ਼ਿਮੀਂਦਾਰ ਆ ਜਾਂ ਛੋਟੇ ਘਰਾਂ ਦਾ ਹਨਾ ਖੇਤੀਬਾੜੀ ਕਰਨ ਵਾਲਾ ਆਪਾਂ ਮੱਝਾਂ ਗਾਵਾਂ ਰੱਖਣ ਵਾਲਾ ਤੇ ਉਹ ਜ਼ਿਮੀਂਦਾਰ ਮਾਰਿਆ ਜਾਂਦਾ ਵਾ ਅਗਲਾ ਕਹਿੰਦਾ ਯਾਰ ਛੱਡ ਪਰੇ ਦਫਾ ਕਰ ਬਾਰਾ ਤਾਂ ਖਾਂਦਾ ਨਹੀਂ ਹੈਗਾ ਉਹਦੇ ਪੈਸੇ ਨਹੀਂ ਪੂਰੇ ਹੁੰਦੇ ਨਾ ਖੁਰਾਕ ਦੇ ਪੂਰੇ ਹੁੰਦੇ ਆ ਨਾ ਜ਼ਿਮੀਂਦਾਰ ਜ਼ਮੀਨ ਦੇ ਪੈਸੇ ਨਹੀਂ ਪੂਰੇ ਹੁੰਦੇ ਉਹਦੀ ਆਪਦੀ ਜਿਹੜੀ ਮਿਹਨਤ ਆ ਉਹ ਨਹੀਂ ਨਿਕਲਦੀ ਜਿਹੜਾ ਅਸਲੀ ਦੁੱਧ ਦਾ ਰੇਟ ਆ ਮੇਰੇ ਹਿਸਾਬ ਨਾਲ ਪੈਟਰੋਲ ਦਾ ਤੇ ਦੁੱਧ ਦਾ ਰੇਟ ਇੱਕ ਹੋਣਾ ਚਾਹੀਦਾ ਜਿੰਨਾ ਪੈਟਰੋਲ ਦਾ ਰੇਟ ਆ ਉਨਾ ਹੀ ਦੁੱਧ ਦਾ ਪੈਟਰੋਲ ਹੁਣ ਕਿਤੇ ਆਪਾਂ ਗੱਡੀਆਂ 'ਚ ਪਵਾਉਂਦੇ ਨਹੀਂ ਸਭ ਪਵਾਉਂਦੇ ਆ ਲੋਕ ਪਵਾਉਂਦੇ ਆ ਉਨਾ ਰੇਟ ਹੋਣਾ ਚਾਹੀਦਾ ਪੈਟਰੋਲ ਦੇ ਬਰਾਬਰ ਦੁੱਧ ਦਾ ਮੱਝਾਂ ਦਾ ਮੱਝਾਂ ਦੇ ਦੁੱਧ ਦਾ ਰੇਟ ਪੈਟਰੋਲ ਦੇ ਬਰਾਬਰ ਹੋਣਾ ਚਾਹੀਦਾ ਇਹ ਚੀਜ਼ ਜਣੀ ਕਿ ਮੇਨ ਇੰਨਾ ਖਾ ਇੰਨੇ ਨੂੰ ਬਾਰਾ ਖਾਂਦਾ ਬੰਦੇ ਨੂੰ ਇਹ ਬਾਰਾ ਨਹੀਂ ਖਾਂਦਾ ਹੈਗਾ ਕਿਉਂ ਖਰਚੇ ਬਹੁਤ ਜ਼ਿਆਦਾ ਪੈਂਦੇ ਇਹਦੇ ਤੇ ਇੱਕ ਗੱਲ ਤੁਹਾਨੂੰ ਹੋਰ ਨਾਲ ਦੀ ਨਾਲ ਦੱਸ ਦਈਏ ਵੀ 150 ਕਿੱਲੇ ਦੀ ਖੇਤੀ ਕਰਨ ਦੇ ਨਾਲ ਨਾਲ 60 ਤੋਂ 70 ਮੱਝਾਂ ਗਾਵਾਂ ਰੱਖੀਆਂ ਹੋਈਆਂ ਤੇ ਨਾਲ ਦੀ ਨਾਲ ਹੀ ਵੀਰੇ ਹੁਣੀ ਸੁਸਾਇਟੀ ਦੇ ਪ੍ਰਧਾਨ ਵੀ ਆ ਸਬੱਦੀ ਕਲਾਂ ਦੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ ਧੰਨਵਾਦ ਜੀ।